ਡਾਕਟਰ ਭੀਮ ਰਾਓ ਅੰਬੇਦਕਰ ਦੇ ਇਸ ਜਨਮ ਦਿਹਾੜੇ ਦੇ ਉੱਤੇ ਆਪਾਂ ਸਾਰੇ ਇਕੱਠੇ ਹੋਏ ਹਾਂ। ਮੈਂ ਉਹਨਾਂ ਦੇ ਜ਼ਿੰਦਗੀ ਦੇ ਉੱਤੇ ਬਹੁਤਾਂ ਨਹੀਂ ਬੋਲਾਂਗਾ, ਮੈਂ ਸਿਰਫ ਆਪਣੀ ਕਵਿਤਾ ਬੋਲਣ ਲਈ ਮੈਨੂੰ ਵਕਤ ਦਿੱਤਾ ਗਿਆ, ਕਿਉਂਕਿ ਬੁਲਾਰੇ ਬਹੁਤ ਨੇ। ਇੰਨੀ ਗੱਲ ਜ਼ਰੂਰ ਕਹਾਂਗਾ ਕਿ ਯੁੱਗ ਪੁਰਸ਼ ਦਾ ਜਨਮ ਸਦੀਆਂ ਦੇ ਵਿੱਚ ਕਿਤੇ ਇੱਕ ਅੱਧੀ ਵਾਰੀ ਹੁੰਦਾ। ਉਸ ਯੁੱਗ ਪੁਰਸ਼ ਨੂੰ ਨਤਮਸਤਕ ਹੋਣ ਦੇ ਲਈ ਤੁਸੀਂ ਸਾਧ ਸੰਗਤ ਇੱਥੇ ਪਹੁੰਚੇ ਹੋ, ਤੁਹਾਡਾ ਲੱਖ ਲੱਖ ਸ਼ੁਕਰਾਨਾ ਹੈ। ਜਿਨ੍ਹਾਂ ਦਾ ਧੰਨਵਾਦ ਕੀਤਾ ਜਾਵੇ ਉਹ ਨਾਮ ਮੁੱਕਦੇ ਨਹੀਂ। ਸਭ ਤੋਂ ਪਹਿਲਾਂ ਜੇ ਗੱਲ ਆਖਾਂ ਸਮੂਹ ਪ੍ਰਬੰਧਕ ਕਮੇਟੀ ਦਾ, ਰਾਜ ਭਾਅ ਜੀ, ਤੇਜਾ ਵਿਰਕ ਭਾਅ ਜੀ, ਜਿਨ੍ਹਾਂ ਨੇ ਆਹ ਸੇਵਾ ਵੀ ਸਾਰਿਆਂ ਨੇ ਕੰਟਰੀਬਿਊਟ ਕੀਤਾ ਇਹਦੇ ਵਿੱਚ, ਬਲਜੀਤ ਭਾਅ ਜੀ, ਇੰਦਰਜੀਤ ਭਾਅ ਜੀ, ਸਾਰੀ ਪ੍ਰਬੰਧਕ ਕਮੇਟੀ ਦੀ ਮੈਂ ਗੱਲ ਕਰ ਰਿਹਾ, ਮੈਂ ਸਾਰਿਆਂ ਦੇ ਨਾਂ ਨਹੀਂ ਲਵਾਂਗਾ ਇਸ ਵਕਤ। ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਸਾਰਿਆਂ ਦਾ। ਹਰ ਸਾਲ ਇਹ ਉੱਦਮ ਕਰਦੇ ਹੋ, ਇਸ ਉੱਦਮ ਦਾ ਬਹੁਤ ਵਧੀਆ ਜੋ ਇੱਕ ਕੰਟਰੀਬਿਊਸ਼ਨ ਲੱਗਾ ਮੈਨੂੰ, ਉਹ ਹੁਣੇ ਤਿੰਨ ਬੱਚੇ ਬੋਲ ਕੇ ਗਏ, ਸਾਡੀ ਬੇਟੀ ਜਿਹਨੇ ਲਾਅ ਕੀਤਾ ਬੋਲ ਕੇ ਗਈ ਹੈ ਇੱਥੇ। ਮੈਂ ਸਭ ਨਾਲ ਸਮਝਦਾ ਕਿ ਇਹ ਮੋਸਟ ਇੰਪੋਰਟੈਂਟ ਪਾਰਟ ਹੈ ਇਸ ਇਵੈਂਟ ਦਾ। ਬੱਚਿਆਂ ਨੇ ਕਿਤੇ ਕੋਈ ਜਾਣਕਾਰੀ ਇਕੱਠੀ ਕੀਤੀ ਹੋਏਗੀ, ਕਿਤੇ ਗੂਗਲ ਕੀਤੀ ਹੋਏਗੀ, ਚੀਜ਼ਾਂ ਨੂੰ ਲਿਖਿਆ, ਦਿਮਾਗ 'ਚ ਆਈਆਂ, ਹੋਰ ਸਵਾਲ ਪੈਦਾ ਹੁੰਦੇ, ਕੋਈ ਕੁਸ਼ਚਨ ਆਉਂਦਾ, ਹਾਂਜੀ ਇਹ ਕੌਣ ਬੰਦਾ ਸੀ, ਅਸੀਂ ਇਹਦਾ ਕੋਈ ਬਹੁਤ ਇਹਦੇ ਬਾਰੇ ਕੋਈ ਬਹੁਤਾ ਸੁਣਿਆ ਕਿਉਂ ਨਹੀਂ? ਕਿਉਂਕਿ ਸਾਡੇ ਦੇਸ਼ ਦਾ ਸੰਵਿਧਾਨ ਲਿਖਣ ਵਾਲੇ ਡਾਕਟਰ ਬੀ ਆਰ ਅੰਬੇਦਕਰ ਨੂੰ ਸਾਡੇ ਦੇਸ਼ ਵਿੱਚ ਹੀ ਉਨਾ ਹਾਈਲਾਈਟ ਨਹੀਂ ਕੀਤਾ ਗਿਆ ਜਿੰਨਾ ਹੋਣਾ ਚਾਹੀਦਾ ਸੀ, ਜਾਂ ਹੋਰ ਕੰਟਰੀਜ਼ ਜਿੰਨਾ ਇਹ ਕੰਮ ਕਰਨ ਵਾਲਿਆਂ ਨੂੰ ਜਿੰਨਾ ਕ੍ਰੈਡਿਟ ਦਿੰਦੀਆਂ ਉਹ ਨਹੀਂ ਦਿੱਤਾ ਗਿਆ। ਆਪਾਂ ਜੇ ਅੱਜ ਵੀ ਆਪਣੀ ਆਡੀਅੰਸ ਦੇਖ ਲਈਏ ਤਾਂ ਕੌਣ ਹੈ ਹੋਰ ਜੋ, ਪਤਾ ਨਹੀਂ ਇਸ ਗੱਲ ਦਾ ਗੁੱਸਾ ਨਾ ਕਰਨਾ, ਸਾਡੀ ਕਮਿਊਨਿਟੀ ਤੋਂ ਹੋਰ ਕੋਈ 12 ਬੰਦਾ ਕੋਈ ਇੱਥੇ ਆ ਕੇ ਬੈਠਾ ਹੋਵੇ। ਡਾਕਟਰ ਭੀਮ ਰਾਓ ਅੰਬੇਦਕਰ ਨੇ ਸੰਵਿਧਾਨ ਸਿਰਫ ਸਾਡੇ ਲਈ ਨਹੀਂ ਲਿਖਿਆ ਸੀ, ਉਹ ਸਾਰਿਆਂ ਲਈ ਸੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ, ਨਤਮਸਤਕ ਹੈ ਤੁਹਾਨੂੰ। ਨਰਕਾਂ ਜਨਤਾਂ ਇੱਥੇ ਹੀ ਨੇ, ਨਰਕਾਂ ਜਨਤਾਂ ਇੱਥੇ ਹੀ ਨੇ, ਤੂੰ ਦੂਰ ਨਹੀਂ ਕਿਸੇ ਪਨਾਹਾਂ ਤੋਂ, ਮੌਤ ਨੇ ਕਦੇ ਸਵਾਲ ਨਹੀਂ ਕਰਨਾ ਰੰਕਾਂ ਬਾਦਸ਼ਾਹਾਂ ਤੋਂ, ਇਸੇ ਹਯਾਤੀ ਵਿੱਚ ਮੁਮਕਿਨ ਹੈ ਤੇਰਾ ਨਿਜ਼ਾਤ ਪਾਉਣਾ, ਅਜੇ ਵੀ ਵੇਲਾ ਹੈ ਤੂੰ ਤੌਬਾ ਕਰ ਲੈ ਗੁਨਾਹਾਂ ਤੋਂ। ਅਤੇ 5-5 ਕਿਲੋ ਦਾਣੇ ਵੰਡ ਸਰਕਾਰ ਨੇ, ਲਾ ਭਰ ਦਿੱਤੀਆਂ ਪਾਬੰਦੀਆਂ ਨੇ ਸਾਹਾਂ 'ਤੇ, ਕਿੰਨੀਆਂ ਤਰੱਕੀਆਂ 'ਤੇ ਪਹੁੰਚ ਗਿਆ ਦੇਸ਼ ਮੇਰਾ, ਧੀਆਂ ਭੈਣਾਂ ਰਹੀਆਂ ਮਹਿਫੂਜ਼ ਹੀ ਨਾ ਰਾਹਾਂ 'ਤੇ। ਇੱਦਾਂ ਦਾ ਚੱਲਣ ਸਾਡੇ ਦੇਸ਼ ਦਾ ਹੈ। ਇੱਕ ਬਹੁਤ ਛੋਟਾ ਜਿਹਾ ਗੀਤ ਤੁਹਾਡੇ ਨਾਲ ਸਾਂਝਾ ਕਰਾਂਗਾ, ਗੀਤਾਂ ਦੀ ਭਰਮਾਰ ਹੈ ਮੇਰੇ ਕੋਲ, ਆਪਾਂ ਬਾਅਦ 'ਚ ਬੈਠੇ ਤੇ ਗੀਤ ਗੂਤ ਵੀ ਗਾਉਂਦੇ ਰਹਾਂਗੇ। ਡਾਕਟਰ ਬੀ ਆਰ ਅੰਬੇਦਕਰ ਦੀ ਜ਼ਿੰਦਗੀ 'ਤੇ ਜਾਣਨਾ ਬਹੁਤ ਜ਼ਰੂਰੀ ਆ। ਇਹ ਜਿਵੇਂ ਕਿ ਕਿਹਾ ਜਾਂਦਾ ਨਾ, ਦਿਸ ਇਜ਼ ਸੈਡ ਲਾਈਕ ਯੂ ਮਸਟ ਚੂਜ਼ ਵਨ ਆਫ ਦਾ ਟੂ ਪੇਨ, ਪੇਨ ਆਫ ਡਿਸਿਪਲਿਨ ਔਰ ਦਾ ਪੇਨ ਆਫ ਰਿਗਰੈਟ। ਡਾਕਟਰ ਭੀਮ ਰਾਓ ਨੇ ਸਾਨੂੰ ਇਹ ਸਿਖਾਇਆ ਕਿ ਪੇਨ ਆਫ ਡਿਸਿਪਲਿਨ ਝੱਲਣੀ ਸਾਨੂੰ ਆਉਣੀ ਚਾਹੀਦੀ ਆ, ਕਿ ਅਸੀਂ ਐਜੂਕੇਟ ਹੋ ਕੇ ਡਿਸਿਪਲਿਨ 'ਚ ਰਹਿ ਕੇ, ਉਹਨਾਂ ਦੀ ਇੱਕ ਐਜੂਕੇਸ਼ਨ ਹੀ ਸੀ ਜਿਨ੍ਹਾਂ ਨੇ ਬਾਕੀਆਂ ਨੂੰ ਮਾਤ ਦਿੱਤੀ ਸੀ। ਉਹਨਾਂ ਦੇ ਉੱਤੇ ਦੋ ਸ਼ਬਦ। ਉਹ ਉੱਦਮ ਕਰਨੇ ਵਾਲਾ, ਉਹ ਉੱਦਮ ਕਰਕੇ ਜਿਣੇ ਵਾਲਾ, ਸਾਡੇ ਰੋਮ ਰੋਮ ਵਸਿਆ। ਉਹ ਉੱਦਮ ਕਰਕੇ ਜਿਣੇ ਵਾਲਾ, ਸਾਡੇ ਰੋਮ ਰੋਮ ਵਸਿਆ। ਕਿੱਦਾਂ ਜਿੱਤਣਾ, ਕਿੱਦਾਂ ਜਿੱਤਣਾ ਸਾਨੂੰ ਭੀਮ ਰਾਓ ਦੱਸਿਆ। ਉਹ ਕਿੱਦਾਂ ਜਿੱਤਣਾ, ਕਿੱਦਾਂ ਜਿੱਤਣਾ ਸਾਨੂੰ ਭੀਮ ਰਾਓ ਦੱਸਿਆ। ਸੰਵਿਧਾਨ ਸਿਰਜ ਦਿੱਤਾ ਕਿ ਸਾਨੂੰ ਮਿਲੀਆਂ ਨੇ ਬਾਵਾਂ,
ਉਹਨੇ ਅੱਖਰ ਦੀ ਲੋ ਕਰਕੇ ਸਾਨੂੰ ਦੱਸੀਆਂ ਨੇ ਰਾਵਾਂ, ਸੰਵਿਧਾਨ ਸਿਰਜ ਦਿੱਤਾ ਕੇ ਸਾਨੂੰ ਮਿਲੀਆਂ ਨੇ ਬਾਵਾਂ, ਉਹਨੇ ਅੱਖਰ ਦੀ ਲੋ ਕਰਕੇ ਸਾਨੂੰ ਦੱਸੀਆਂ ਨੇ ਰਾਹਾਂ, ਸਿੰਘੋਂ ਫੜ ਕੇ ਸਾਨ ਵੀ ਸੁੱਟਣਾ ਸਾਨੂੰ ਭੀਮ ਨੇ ਦੱਸਿਆ, ਤੇ ਕਿੱਦਾਂ ਡਿੱਗ ਡਿੱਗ ਕੇ ਵੀ ਉੱਠਣਾ ਸਾਨੂੰ ਭੀਮ ਨੇ ਦੱਸਿਆ, ਕਿੱਦਾਂ ਜਿੱਤਣਾ ਕਿੱਦਾਂ ਜਿੱਤਣਾ ਏ ਸਾਨੂੰ ਭੀਮ ਰਾਓ ਦੱਸਿਆ, ਉਹ ਉਦਮ ਕਰਕੇ ਜੀਣੇ ਵਾਲਾ ਸਾਡੇ ਰੋਮ ਰੋਮ ਵਸਿਆ, ਉਹਨਾਂ ਨੂੰ ਤੋੜਨ ਲਈ ਲਾਇਆ ਡਾਡਾ ਜ਼ੋਰ ਵੀ ਹੋਰਾਂ, ਲਗਾ ਕੇ ਦਿੱਤੀਆਂ ਹੱਕਾਂ ਦੇ ਉੱਤੇ ਪੱਕੀਆਂ ਮੋਹਰਾਂ, ਉਹਨਾਂ ਨੂੰ ਤੋੜਨ ਲਈ ਲਾਇਆ ਡਾਡਾ ਜ਼ੋਰ ਵੀ ਹੋਰਾਂ, ਲਗਾ ਕੇ ਦਿੱਤੀਆਂ ਹੱਕਾਂ ਤੇ ਉੱਤੇ ਪੱਕੀਆਂ ਮੋਹਰਾਂ, ਨਾ ਇਨਸਾਫੀ ਮੋਹਰੇ ਖੜਨਾ ਸਾਨੂੰ ਭੀਮ ਨੇ ਦੱਸਿਆ, ਤੇ ਪੌਡਾ ਪੌਡਾ ਪੌੜੀ ਚੜਨਾ ਸਾਨੂੰ ਭੀਮ ਨੇ ਦੱਸਿਆ, ਉਹ ਉਦਮ ਕਰਨੇ ਵਾਲਾ ਸੀਗਾ ਜੋ ਸਾਡੇ ਰੋਮ ਰੋਮ ਵਸਿਆ, ਕਿੱਦਾਂ ਜਿੱਤਣਾ ਕਿੱਦਾਂ ਜਿੱਤਣਾ ਸਾਨੂੰ ਭੀਮ ਰਾਓ ਦੱਸਿਆ। ਬਹੁਤ ਬਹੁਤ ਧੰਨਵਾਦ ਇੰਨੀ ਪੇਸ਼ੈਂਸ ਨਾਲ ਇੰਨੀ ਸ਼ਾਂਤੀ ਨਾਲ ਸੁਣਨ ਦੇ ਲਈ, ਤੁਹਾਡੇ ਨਾਲ ਫਿਰ ਸਾਂਝ ਪਾਵਾਂਗੇ ਸਾਧ ਸੰਗਤ, ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ ਬਲਜੀਤ ਭਾਅ ਜੀ, ਪ੍ਰਬੰਧਕ ਕਮੇਟੀ ਸਭ ਦਾ ਬਹੁਤ ਬਹੁਤ ਥੈਂਕ ਯੂ।